ਆਜਾ ਚਰਨ ਆਜਾ ਆਜਾ ਹਰਕਤ ਲਾਲ ਦਾ ਖੇਸ ਹੁਣ ਹਰਕਤਾਂ ਫੜ ਗਿਆ ਮੈਂ ਤਾਂ ਗੜਿੰਜ ਗੜਿੰਜ ਕਰਕੇ ਤਲਾਕ ਕਰਾ ਦੇਣਾ ਗੜਿੰਜ ਗੜਿੰਜ ਕਰਕੇ ਹਾਂ ਤੂੰ ਦੇਖਦੀ ਜਾਈ ਦੇਖਦੀ ਹਾਂ ਆ ਲੈ ਸ਼ਗਨ ਹੋ ਗਿਆ ਮੋਬਾਈਲ ਗਿਰ ਗਿਆ ਤੇਰਾ ਤਲਾਕ ਪੱਕਾ 340 340 ਤਲਾਕ ਕਰਾ ਚੁੱਕਾ ਪੂਰੇ ਸੰਗਰੂਰ ਚ ਮਸ਼ਹੂਰ ਹੈ ਹਰਕਤ ਲਾਲ ਹਾਂ ਆਹੋ ਮੈਨੂੰ ਤੂੰ ਨੀ ਕਹੀ ਆਜਾ ਚਰਨ ਆਜਾ 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 ਲੰਘਿਆ ਬੈਠੋ ਬੈਠੋ ਉੱਥੇ ਬੈਠੋ ਬੈਠੋ ਏ ਆਹਾ ਜੈ ਰਾਮ ਜੈ ਰਾਮ ਜੈ ਰਾਮ ਦੇਖ ਵੀ ਚਰਨ ਅਗਲੀ ਪੇਸ਼ੀ ਤੇ ਤਲਾਕ ਪੱਕਾ ਹੋ ਜੂ ਇੱਕ ਮਿੰਟ ਫੋਨ ਆਇਆ ਹੈਲੋ ਹਾਂ ਹਾਂ ਹਰਕਤ ਲਾਲ ਬੋਲਦਾ ਹਾਂ 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 ਓਏ ਪਰਵਾਹ ਨਾ ਮੰਨੋ ਕੇਸ ਤਾਂ ਹਰਕਤ ਲਾਲ ਕੋਲ ਆਇਆ ਹਾਂ ਅਗਲੀ ਪੇਸ਼ੀ ਦੇ ਤਲਾਕ ਪੱਕਾ ਨਾਲੇ ਗੱਲ ਸੁਣ ਪੈਸੇ ਮੁਨਸ਼ੀ ਕੋਲੇ ਪਹਿਲਾਂ ਭੇਜ ਦਿਓ ਹਾਂ ਓਏ ਪੁਲਿਸ ਵਾਲੇ ਹੋਏ ਵਕੀਲ ਹੋਏ ਡਾਕਟਰ ਹੋਏ ਇਹਨਾਂ ਨਾਲ ਆਧਾਰ ਕਰਨਾ ਤਾਂ ਭਗਵਾਨ ਦੀ ਤੌਹੀਨ ਕਰਨਾ ਹਾਂ ਕੋਈ ਨਾ ਮੈਂ ਮੁੰਡਾ ਭੇਜ ਦਿੰਦਾ ਹਾਂ ਚੰਗਾ ਮੇਰੀ ਧੀ ਕੰਨੀ ਅੱਖਾਂ ਕੱਢਦਾ ਤੀ ਉਹ ਜੋ ਮਰਜ਼ੀ ਅੱਖਾਂ ਕੱਢੇ ਚਾਹੇ ਦੰਦ ਕੱਢੇ ਅਗਲੀ ਪੇਸ਼ੀ ਦੇ ਦਾ ਤਲਾਕ ਪੱਕਾ ਕਰਵਾ ਦੂ ਪੱਕਾ ਹਾਂ ਮੁੰਡਾ ਤਾਂ ਮੈਂ ਕਿਸੇ ਕੀਮਤ ਤੇ ਨਹੀਂ ਦਿੰਦੀ ਐ ਕਿਵੇਂ ਮੁੰਡਾ ਲੈ ਜੂ ਨਾ ਉਹਦੇ ਪਿਓ ਦਾ ਰਾਜ ਹੈ ਨਾ ਉਹ ਟੈਕੇ ਲੱਗਦੇ ਆ ਮੁੰਡੇ ਦੇ ਉਹ ਪੂਰ ਮੈਨੂੰ ਕਹਿੰਦਾ ਸੀ ਬਈ ਮੁੰਡਾ ਮੈਨੂੰ ਦਬਾ ਮੈਂ ਕਿਹਾ ਕਾਕਾ ਮੁੰਡੇ ਤੇ ਮਾਂ ਦਾ ਹੱਕ ਹੁੰਦਾ ਮਾਂ ਦਾ ਹਾਂ ਵਕੀਲ ਸਾਹਿਬ ਰੱਬ ਕਿਸੇ ਨੂੰ ਮਾੜੇ ਰਿਸ਼ਤੇਦਾਰ ਨਾ ਦੇਵੇ ਸਾਡੀ ਤਾਂ ਜਵਾਕੜੀ ਦਾ ਲਹੂ ਪੀ ਗਏ ਉਹ ਤੂੰ ਸ਼ੁਕਰ ਕਰ ਚਰਨੋ ਸ਼ੁਕਰ ਤੇਰਾ ਮਾੜੇ ਰਿਸ਼ਤੇਦਾਰਾਂ ਨਾਲੋਂ ਖਿਹੜਾ ਛੁੱਟਣ ਲੱਗਿਆ ਜ਼ਿੰਦਗੀ ਰੋਲ ਕੇ ਧਰਤੀ ਜਵਾਕੜੀ ਦੀ ਸਦਕੇ ਨੀ ਮੇਰੀ ਧੀ ਆਈ ਹੈ ਸਤਿ ਸ਼੍ਰੀ ਅਕਾਲ ਜੀ ਪੈਰੀ ਪੈਣਾ ਬੀਬੀ ਨੀ ਮੈਂ ਸਦਕੇ ਜਾਵਾਂ ਜੋੜੀਆਂ ਬਣੀਆਂ ਰਹਿਣ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਹੋਰ ਵੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਸੈਟ ਹੋ ਹੋਰ ਭਾਬੀ ਠੀਕ ਹੈ ਬਸ ਹੁਣ ਹੀ ਆਏ ਆ ਨਹੀਂ ਤਾਂ ਠੀਕ ਹੈ ਅਬ ਜਰਗਾ ਨੂੰ ਮਿਲ ਲਈਏ ਆ ਜਾਓ ਸਤਿ ਸ਼੍ਰੀ ਅਕਾਲ ਜੀ ਪੈਰੀ ਪੈਣਾ ਵਧੀਆ ਵਧੀਆ ਆ ਜਾਓ ਪੁੱਤ ਆ ਜਾਓ ਆ ਅੰਦਰ ਚਲੀਏ ਅੰਦਰ ਆ ਜਾਓ ਜੀ ਆ ਜਾਓ ਹੋਰ ਸੁਣਾ ਪੁੱਤ ਜੀ ਲੱਗ ਗਿਆ ਤੇਰਾ ਤੇਰੀ ਸੱਸ ਕਿੱਦਾਂ ਹੈ ਬੀਬੀ ਉਹ ਤਾਂ ਬਲਾਈ ਚੰਗੀ ਹੈ ਬਾਲਾ ਪਿਆਰ ਕਰਦੀ ਹੈ ਮੈਨੂੰ ਨਾ ਸੁਣ ਸਗਨਾਂ ਵਾਲੇ ਪੈਸੇ ਰੱਖ ਲਿਆ ਆਪਦੇ ਕੋਲੇ ਉਹ ਤਾਂ ਮੈਂ ਬੀਬੀ ਨੂੰ ਫੜਾ ਤੇ ਨਹੀਂ ਫੋਟ ਨਪੁੱਤਰੀ ਦੀ ਮੈਂ ਤੈਨੂੰ ਕੀ ਸਮਝਾਇਆ ਸੀ ਪੈਸੇ ਕੋਲ ਰੱਖਣੇ ਬੀਬੀ ਤੂੰ ਫਿਕਰ ਕਾਹਨੂੰ ਕਰਦੀ ਹੈ ਮੇਰੀ ਸੱਸ ਤੋਂ ਜਦੋਂ ਮੈਨੂੰ ਲੋੜ ਹੁੰਦੀ ਹੈ ਨਾ ਮੈਂ ਮੰਗ ਲੈਂਦੀ ਹਾਂ ਤੇ ਉਹ ਮੈਨੂੰ ਦੇ ਦਿੰਦੀ ਹੈ ਨਹੀਂ ਸੱਸ ਤਾਂ ਮਿੱਟੀ ਦੀ ਮਾਣ ਨਹੀਂ ਹੁੰਦੀ ਸਿਆਣੇ ਕਹਿੰਦੇ ਆ ਯਾ ਸੱਸ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਨਾਲੇ ਹੋਰ ਸੁਣ ਕੰਮ ਕੁੰਮ ਘੱਟ ਕਰੀ ਉਹ ਇਹਨਾਂ ਦੇਹ ਨੂੰ ਰੋਗ ਲਵਾ ਕੇ ਬਹਿ ਜੀ ਆਹੋ ਨਾ ਧਿਆਨ ਨਾਲ ਸੁਣ ਮੇਰੀਆਂ ਗੱਲਾਂ ਹਾਂ ਨੀ ਤੂੰ ਕੀ ਬੜਕਾ ਜਿਹੇ ਲੈ ਜਾਂਦੀ ਆ ਜੀ ਚਾਹ ਬਣਾਉਣ ਨੂੰ ਘੰਟਾ ਲਾਤਾ ਖਾਣ ਸੂਰੀ ਖਾ ਖਾ ਕੇ ਦੇਖ ਫੈਲੀ ਕਿਵੇਂ ਪਈ ਹੈ ਮੋਟੜ ਨਾ ਹੋਵੇ ਕਿਸੇ ਥਾਂ ਦੀ ਭੈਣੇ ਭਾਣੇ ਦਫਾ ਹੋ ਜਾ ਪਾਥੀਆਂ ਦਾ ਟੋਕਰਾ ਭਰ ਕੇ ਲਿਆ ਵਾੜੇ ਚੋਂ ਚਾਹੇ ਵੱਡੀ ਦੀ ਧੀ ਬਿੜਕਾਂ ਲੈਂਦੀ ਰਹਿੰਦੀ ਹੈ ਖਾ ਖਾ ਕੇ ਮੱਲੀ ਜਾਂਦੀ ਹੈ ਕੰਮ ਨੂੰ ਕਹਿ ਤਾਂ ਮੌਤ ਪਾਈ ਜਾਂਦੀ ਹੈ ਇਹਨੂੰ ਕੋਈ ਚੰਗੀ ਮੱਤ ਨਾ ਦੇਈ ਕੁੜੀ ਨੂੰ ਤੂੰ ਤਾਂ ਚੁੱਪ ਹੀ ਰਹਿ ਵਿਹਲੜ ਕਿਸੇ ਥਾਂ ਦਾ ਮੈਂ ਤਾਂ ਚੁੱਪ ਹੀ ਹਾਂ ਤੂੰ ਜਾ ਕੇ ਮੀਟ ਲਿਆ ਪ੍ਰਾਹੁਣੇ ਆਏ ਬੈਠੇ ਆ ਜਾਨਾ ਮਰੀ ਜਾਂਦੀ ਹੈ ਸਮਝ ਆ ਗਈ ਪੁੱਤ ਜੋ ਮੈਂ ਗੱਲਾਂ ਸਮਝਾਈਆਂ ਲੜ ਬੰਨ ਲੈ ਮੇਰੀ ਧੀ ਹਾਂ ਬੀਬੀ ਲੈ ਪੁੱਤ ਆ ਤੇਰਾ ਸੂਟ ਹੈ ਸਮਿਆ ਲਈ ਮੇਰੀ ਤੂੰ ਹਾਂ ਇਹ ਆ ਲੈ ਪੂਰਨ ਸੂਹ ਦੀ ਪੋਸ਼ਾਕ ਤੇ ਆ ਤੇਰੀ ਜਠਾਣੀ ਤੇ ਦਰਾਣੀ ਦੇ ਹਲਕੇ ਜੇ ਸੂਟ ਤੇਰੇ ਸਹੁਰਿਆਂ ਤੋਂ ਲਾਗੀਆਂ ਨੂੰ ਆਈ ਤੀ ਦੇ ਦੀ ਹਾਂ ਕਰਮਜੀਤ ਚਲੀਏ ਹਾਂਜੀ ਠੀਕ ਆ ਬਜ਼ੁਰਗੋ ਚੱਲਦੇ ਆ ਫਿਰ ਓਕੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰੀ ਸੂ ਨੂੰ ਭੇਜੂਗੀ ਮੈਂ 8 ਕਿ ਦਿਨੀ ਮਹੀਨਾ ਕਲਾ ਜੂਗੀ ਮੇਰੀ ਧੀ ਓ ਧੀਆਂ ਆਪਣੇ ਘਰੀ ਸ਼ੋਭਦੀਆਂ ਬਾ ਜਾ ਚੁੱਪ ਕਰਕੇ ਕੰਮ ਦੀ ਗੱਲ ਨਾ ਕਰਿਆ ਕਰ ਕੋਈ ਕੋਈ ਗੱਲ ਨਹੀਂ ਬਜ਼ੁਰਗੋ ਲਾ ਜੀ 4 ਦਿਨ ਠੀਕ ਹੈ ਆ ਜਾਓ ਚੱਲ ਚੱਲ ਹਾਂਜੀ ਆ ਖੋਏ ਦਾ ਪੀਪਾ ਪਿਆ ਪੁੱਤ ਜਿੰਦਾ ਲਾ ਕੇ ਰੱਖੀ ਠੀਕ ਹੈ ਓ ਚੰਗੀ ਮੱਤ ਤੇਰੇ ਕਰੇ ਫੇ ਤੇਰੇ ਲਫੇੜਾ ਮਾਰੂੰਗਾ ਮੂੰਹ ਤੇ ਚੁੱਪ ਕਰਕੇ ਬੈਠਾ ਰਿਹਾ ਕਰ
ਚੰਗਾ ਬਾਪੂ ਜੀ, ਸਤਿ ਸ਼੍ਰੀ ਅਕਾਲ। ਚੰਗਾ ਸ਼ੇਰਾ, ਬੈਠਾ ਰਹਿ ਇੱਥੇ, ਜਮਾ ਜਮਾ ਸ਼ਰਮ ਘੋਲ ਕੇ ਖਾਧੀ ਪਈ ਚੌਰੇ ਨੇ। ਤੂੰ ਚੱਲ, ਨਾ ਮਰੇ ਨਾ ਮੰਜਾ ਛੱਡੇ। ਕੁੜੇ ਕਰਮ, ਚਾਹ ਪੀ ਲੈ ਪੁੱਤ। ਹਾਂ ਮਾਂ। ਉਹ ਮੁੰਡਿਆ, ਜੱਸੀ ਨੂੰ ਭੇਜ ਕੇ ਨਾ ਫਾਈਲ ਮੰਗਵਾ, ਕੁੜੀ ਦੇ ਸਾਈਨ ਕਰਾਉਣੇ ਨੇ। ਸਾਈਨ ਜਿੰਨੇ ਮਰਜ਼ੀ ਕਰਾ ਲੈ, ਕੰਮ ਦਾ ਇੱਕ ਪਾਸਾ ਹੋਣਾ ਚਾਹੀਦਾ। ਰੋਜ਼ ਰੋਜ਼ ਦੀ ਕੁੱਤੇ ਭਕਾਈ ਨਹੀਂ ਹੁੰਦੀ ਸਾਡੇ ਕੋਲੋਂ। ਓਏ ਮਾਤਾ, ਇਸੇ ਕੁੱਤੇ ਭਕਾਈ ਦੇ ਅਸੀਂ ਕੁੱਤੇ ਭਕਾਈ ਕਰਕੇ ਪੈਸੇ ਲੈਂਦੇ ਹਾਂ, ਸਮਝ ਗਈ? ਹਾਂ, ਮੇਰਾ ਨਾਂ ਹਰਕਤ ਲਾਲ ਹੈ, ਹਰ ਵੇਲੇ ਕਿਸੇ ਨਾ ਕਿਸੇ ਹਰਕਤ 'ਚ ਰਹਿਣਾ। ਸੰਗਰੂਰ ਤੋਂ ਜਿਹਨੂੰ ਮਰਜ਼ੀ ਜਾ ਕੇ ਪੁੱਛ ਲਈ, ਤਲਾਕ ਕਰਾਉਣ 'ਚ ਬੜਾ ਮਸ਼ਹੂਰ ਹਾਂ ਮੈਂ, 340 ਤਲਾਕ ਕਰਾ ਚੁੱਕਾ। ਹਾਂ ਬਸ ਵਕੀਲ ਸਾਹਿਬ, ਚਰਨੋਂ ਦੀ ਹਾਰ ਨਹੀਂ ਹੋਣੀ ਚਾਹੀਦੀ। ਕੁੜੇ ਤੂੰ ਚਾਹ ਪੀ ਲੈ। ਨਹੀਂ ਮਾਂ, ਮੈਂ ਨਹੀਂ ਪੀਣੀ, ਚਿਤਰਾਜ਼ੀ ਨਹੀਂ। ਠੰਡਾ ਮੰਗਵਾਵਾਂ ਭਾਈ? ਨਹੀਂ ਜੀ। ਸੋਹਣਾ ਜਿਹਾ, ਜਮਾ ਹੀ ਦੇਖ ਲੈ, ਸ਼ਕਲ ਮੇਰੇ ਪੂਰਨ ਤੇ ਗਈ ਹੈ, ਨੱਕ ਕੰਨ ਅੱਖਾਂ ਸਾਰਾ ਕੁਛ ਤਾਂ ਦਾਦਕਿਆਂ ਦੀ ਹੈ। ਨਾ ਕੁੜੇ, ਮਾਮੇ ਤੇ ਗਿਆ ਆਪਦੇ ਤੇ, ਹੋਰ ਕੋਈ ਗੱਲਾਂ ਕਰਦੀ ਆ, ਚੱਲ ਭੈਣੇ ਮੇਰੇ ਤੇ ਹੈ। ਆ ਮੇਰਾ ਛੋਟਾ ਜਿਹਾ ਆਲਾ ਪੁੱਤ ਫਲ। ਹਾਂਜੀ, ਲਿਆ। ਓਮ ਬਚ ਬਚ ਬਚ, ਆਲਾ ਫਲ ਲੈ ਭੈਣੇ, ਹੁਣ ਤੈਨੂੰ ਸੂਟ ਦਿਖਾ ਦਾਂ। ਲੈ ਭੈਣੇ, ਆ ਤਾਂ ਤੇਰਾ ਸੂਟ ਹੈ। ਅੱਛਾ, ਠੀਕ ਹੈ। ਤੇ ਆ ਹੈਗਾ ਮੇਰੇ ਕੋਲੋਂ ਬੰਤ ਸਿਉ ਦਾ। ਕੀ ਗੱਲ, ਪਸੰਦ ਨਹੀਂ? ਡਿਜ਼ਾਈਨਾਂ ਦਾ ਲੱਗਦੇ ਆ ਭੈਣੇ, ਸਾਡੇ ਤਸੀਰੀ ਵੀ ਨਹੀਂ ਪਾਉਂਦਾ ਇਹੋ ਜੇ। ਲੈ, ਇੱਥੋਂ ਹੀ ਗਏ ਨੇ। ਤੇ ਆ ਜਿਹੜੇ ਨੇ ਮੇਰੇ ਪੋਤੇ ਦੇ, ਤੇ ਪੰਜ ਸੂਟ ਕਰਮਜੀਤ ਕੌਰ ਦੇ ਨੇ। ਆ ਲੈ ਭੈਣੇ, ਸਾਂਭ ਲੈ ਇਹਨੂੰ। ਤੇ ਆ ਸੂਟ ਪੁੱਤ ਤੇਰਾ, ਚੰਗਾ? ਆ ਲੈ, ਆ ਮੈਂ ਰੱਖਦੀ ਆ, ਖੁਸ਼ ਹੋ ਭਾਈ ਸਾਰੇ ਜਾਣੇ। ਚੱਲ ਭੈਣ ਜੀ, ਸੂਟਾਂ ਨਾਲ ਥੋੜੇ ਵਰਤਣਾ ਆਪਾਂ। ਹਾਂ, ਊਂ ਤਾਂ ਤੇਰੀ ਗੱਲ ਠੀਕ ਹੈ। ਕੁੜੇ ਧੀਰੋ, ਕੁੜੇ ਨੈਣ ਨਹੀਂ ਆਈ ਹਲੇ ਤੱਕ। ਕੁੜੇ ਰੋਟੀ ਪਾਣੀ ਦਾ ਪ੍ਰਬੰਧ ਕਰੋ, ਕਿਸੇ ਨੂੰ ਭੇਜ ਕੇ ਬੁਲਾਓ ਉਹਨੂੰ, ਰਕਾਨ ਨੂੰ। ਇਹਨਾਂ ਦਾ ਤਾਂ ਕੋਈ ਹਾਲ ਨਹੀਂ, ਕੰਮ ਕਰਨ ਨੂੰ ਮਰ ਜਾਂਦੇ ਆ, ਕੰਜਰੀਆਂ ਪਿੱਸੂ ਪੈ ਜਾਂਦੇ ਨੇ ਜਾਏ ਬੁੱਢੀਆਂ ਦੇ। ਦੇਖ ਲੈ, ਮੰਗਣ ਨੂੰ ਆ ਦੇ ਦੋ। ਇਹ ਕਿਹੜੀ ਗੱਲ ਹੈ ਭੈਣੇ, ਰੋਟੀ ਤਾਂ ਹੁਣ ਬਣਾ ਦਿੰਦੇ ਆ। ਨਾ ਨਾ ਭੈਣ ਜੀ, ਰੋਟੀ ਟੁੱਕ ਦੀ ਤਾਂ ਕੋਈ ਲੋੜ ਹੀ ਨਹੀਂ ਸਾਨੂੰ, ਚਾਹ ਨਾਲ ਹੀ ਢਿੱਡ ਭਰ ਗਿਆ, ਨਾਲੇ ਆ ਤਾਂ ਖੜਾ ਪਿੰਡ। ਭੈਣੇ ਰੋਟੀ ਦੀ ਕਿਹੜੀ ਗੱਲ ਹੈ, ਖਾ ਕੇ ਜਾਇਓ ਕੜੇ। ਨਾ ਨਾ ਭੈਣੇ, ਸੌ ਗੁਰੂ ਦੀ, ਜਮਾ ਹੀ ਨਹੀਂ, ਢਿੱਡ ਭਰਿਆ ਪਿਆ। ਲੈ ਭੈਣੇ, ਤੇਰੀ ਮਰਜ਼ੀ, ਲੈ ਫੜ ਸੂਟ, ਲੈ ਸਾਂਭ ਲੈ, ਸਾਂਭ ਲਾ ਮੈਂ। ਅਦੂ ਵੱਧ, ਉਹ ਬਸ 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 ਬਸ, ਅਦੂ ਵੱਧ ਨਾ ਪਾ ਯਾਰ, ਐਵੇਂ ਮੈਂ ਸੈੱਟ ਹੋ ਜੂ। ਜੀਜਾ, ਉਹ ਭਾਣ ਜੀ ਦੀ ਖੁਸ਼ੀ ਹੋ ਇੰਨੀ ਆ, ਮੈਂ ਤਾਂ ਲੋੜੀ ਤੇ ਭੜਥੂ ਪਾਉਣਾ ਭੜਥੂ। ਓ ਜਿੰਨਾ ਮਰਜ਼ੀ ਭਰਦੂ ਭਾਈ ਯਾਰ, ਫੁੱਲ ਨੱਚੀ। ਜੀਜਾ, ਨੂਰ ਨਾਉ ਕਿਵੇਂ ਲੱਗਿਆ? ਮੈਂ ਰੱਖਿਆ, ਆ ਬੇਬੇ ਦਾ ਪ੍ਰਭ ਰੱਖਦੀ ਤੀ, ਮੈਂ ਕਿਹਾ ਨਹੀਂ, ਨੰਨਾ ਅੱਖਰ ਨਿਕਲਿਆ, ਨੂਰਦੀਪ ਹੀ ਰੱਖਣਾ। ਨੂਰਦੀਪ, ਬਹੁਤ ਨਾਂ ਤਾਂ ਬਹੁਤ ਵਧੀਆ। ਜੀਜਾ, ਇੱਕ ਗੱਲ ਕਹਾਂ, ਤੇਰਾ ਮੁੰਡਾ ਨਾ ਤੇਜ ਬਹੁਤ ਨਿਕਲੂ। ਕਿਉਂ? ਉਹ ਬੇਬੇ ਨੇ ਗੁੜਤੀ ਜੋ ਦਿੱਤੀ ਆ। ਜੱਕ ਗਿਆ। ਪੂਰਨਾ, ਆ ਇੱਕ ਨਾ ਜੰਟ ਮਿਲਿਆ ਤੀ, 35 ਲੱਖ ਰੁਪਈਆ ਕਹਿੰਦਾ। ਆ 2 ਨੰਬਰ 'ਚ ਕਹਿੰਦਾ ਕਨੇਡਾ ਭੇਜ ਦੂੰ। ਆ ਜਾਂਦੇ ਨਹੀਂ ਹੁੰਦੇ ਜੰਗਲਾਂ ਜੁੰਗਲਾਂ ਜਾਂਦੇ ਵਿੱਚ ਦੀ। ਉਹ ਤੈਂ ਕੀ ਲੈਣਾ ਯਾਰ, ਤੇਰੇ ਕੋਲ ਵਧੀਆ ਜ਼ਮੀਨ ਆਪਦਾ, ਇੱਥੇ ਹੀ ਕੰਮ ਕਰ, ਕਨੇਡਾ 'ਚ ਕੀ ਰੱਖਿਆ, ਇੱਥੇ ਹੀ ਕਨੇਡਾ ਤੇਰੀ। ਬਸ ਬਸ ਬਸ, ਤੂੰ ਪੈਗ ਲਾ। ਓ ਓ ਓ, ਨਹੀਂ ਨਹੀਂ ਨਹੀਂ, ਹੋਰ ਫੜ ਫੜ ਫੜ। ਓ ਮੈਂ ਪਿੰਡ ਵੀ ਜਾਣਾ, ਗੱਡੀ ਵੀ ਚਲਾਉਣੀ ਆ।
ਨਾਲੇ ਯਾਰ ਪਿੰਡ ਕੰਮ ਬਹੁਤ ਔਖਾ ਹੋਇਆ ਪਿਆ, ਹੁਣ ਤਾਂ ਮੁੰਡਾ ਵੀ ਹੋ ਗਿਆ 7 ਮਹੀਨੇ ਦਾ, ਉਹਨੂੰ ਵੀ ਨਾਲ ਹੀ ਲੈ ਜਾਊ, ਨਹੀਂ ਇੱਕ ਦਿਹਾੜੀ ਹੋਰ ਫੁੱਟੂਗੀ। ਤੂੰ ਬੇਬੇ ਨਾਲ ਗੱਲ ਕਰ। ਚੱਲ ਠੀਕ ਆ, ਮੈਂ ਜਾ ਕੇ ਬੇਬੇ ਨਾਲ ਗੱਲ ਕਰਦਾ। ਤੇ ਆਹ ਲਾ ਪੈਗ, ਆਹ ਜਿਹੜੀ ਬੋਤਲ ਆ ਆਪਾਂ ਗੱਡੀ 'ਚ ਰੱਖ ਕੇ ਲੈ ਜਾਂਦੇ ਹਾਂ, ਘਰੇ ਜਾ ਕੇ ਲਾ ਲਾਂਗੇ। ਚੱਲ ਚੱਲੀਏ, ਚੱਲ ਉੱਠ, ਚੱਲ ਆ ਜਾ ਦੇਖ ਕੇ। ਕੀ ਕਿਹਾ ਭੈਣ ਜੀ, ਮੈਂ ਤਾਂ ਹਲੇ ਮੁੰਡੇ ਦੇ ਮੱਥੇ ਵੀ ਨਹੀਂ ਟਿਕੇ ਆਏ, ਕੋਈ ਸ਼ਗਨ ਵੀ ਨਹੀਂ ਬਣਾਇਆ, ਅਜੇ ਨਹੀਂ ਮੈਂ ਤੋਰਦੀ, ਪੂਰਾ ਸਭਾ 4 ਮਹੀਨੇ ਦਾ ਕਰਕੇ ਤੋਰੂ ਪੁੱਤ ਨੂੰ। ਪਰ ਭੈਣ ਜੀ, ਕਰਮੋ ਨੇ ਤਾਂ ਆਪ ਕਿਹਾ ਸੀ ਜਾਣ ਨੂੰ। ਪਰ ਉਹਨੂੰ ਕੀ ਪਤਾ, ਉਹ ਤਾਂ ਜਵਾਕੜੀ ਹੈ, ਕੱਲ ਜਵਾਕ ਢਿੱਲਾ ਹੋ ਗਿਆ, ਮੈਂ ਤਾਂ ਚੱਕ ਡੇਰੇ ਤੇ ਵੱਜੀ, ਤੇ ਭੈਣੇ ਪਹਿਲੇ ਥੌਲੇ ਦੇ ਨਾਲ ਇਹ ਮੁੰਡਾ ਟੱਲੀ ਵਰਗਾ ਹੋ ਗਿਆ। ਚੱਲ ਠੀਕ ਹੈ ਭੈਣ ਜੀ, ਜਿਵੇਂ ਤੁਹਾਡੀ ਮਰਜ਼ੀ। ਲੈ ਭੈਣੇ, ਮਰਜ਼ੀ ਤਾਂ ਤੁਹਾਡੇ ਨਾਲ ਹੈ। ਸਾਡੇ ਨਾਲ ਕਾਹਦੀ ਮਰਜ਼ੀ ਹੈ ਭੈਣ ਜੀ। ਚੱਲ ਚੰਗਾ, ਮੈਂ ਹੁਣ ਚੱਲਦੀ ਹਾਂ, ਪੂਰਨ ਨੂੰ ਵੀ ਕਹਾ ਵੀ ਛੇਤੀ ਉੱਠੇ, ਕਵੇਲਾ ਹੋ ਜੂਗਾ। ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਫਰਦਾਂ ਵਾਲੀ ਫੈਲ ਕਿੱਥੇ ਆ? ਦੇਖ ਮਾਈ, ਦੋ ਹਿੱਸੇ ਦਵਾਉ, ਇੱਕ ਮੁੰਡੇ ਦਾ, ਇੱਕ ਕਰਮਜੀਤ ਦਾ। 18 ਸਾਲ ਤੱਕ ਮੁੰਡੇ ਦੀ ਪੜ੍ਹਾਈ ਦਾ ਖਰਚਾ ਦਵਾਉਂਗਾ। ਦੇਖ ਲੈ, 4 ਸਾਲਾਂ 'ਚ 4 ਸਾਲਾਂ 'ਚ ਲਵੇ ਲਾਤਾ ਨਾ ਕੇਸ। ਦੂਸਰੇ ਵਕੀਲ ਤਾਂ 10-10 ਸਾਲ ਲਾ ਦਿੰਦੇ ਨੇ, 10-10 ਸਾਲ। ਮੈਂ ਤਾਂ ਗਿਣਜ ਗਿਣਜ ਕਰਕੇ ਤਲਾਕ ਕਰਾ ਦਿੰਦਾ, ਗਿਣਜ ਗਿਣਜ ਕਰਕੇ। ਬਸ ਵਕੀਲ ਸਾਹਿਬ, ਚਰਨੋਂ ਦੀ ਹਾਰ ਨਹੀਂ ਹੋਣੀ ਚਾਹੀਦੀ। ਵਕੀਲ ਸਾਹਿਬ, ਕਿੰਨਾ ਕੁ ਟਾਈਮ ਲੱਗੇਗਾ? 1.5 ਘੰਟਾ ਲੱਗੂ ਭਾਈ। ਕੁਛ ਖਾਣਾ ਪੀਣਾ? ਨਹੀਂ ਨਹੀਂ, ਕੁਛ ਨਹੀਂ ਖਾਣਾ। ਬਸ ਮੁੰਡਾ ਫੈਲ ਲੈਣ ਗਿਆ ਹੋਇਆ, ਆਉਂਦਾ ਹੀ ਹੋਣਾ। ਤੂੰ ਮੇਰੀ ਧੀ ਨੂੰ ਹੱਥ ਕਿਵੇਂ ਲਾਇਆ? ਕੀ ਗੱਲ, ਇਹਦੇ ਅੱਗੇ ਪਿੱਛੇ ਨਹੀਂ ਕੋਈ। ਨਾ ਬੋਲਣੀ ਤੈਨੂੰ ਅਕਲ ਨਹੀਂ ਸਿਖਾਈ ਹੈਗੀ? ਛੋਟਾ ਹੀ ਦੇਖਦੀ, ਵੱਡਾ ਹੀ ਦੇਖਦੀ, ਗਿੱਠ ਲੰਬੀ ਤਾਂ ਜਵਾਨ ਲੱਗੀ ਹੋਈ ਆ। ਤੂੰ ਚੁੱਪ ਨਹੀਂ ਕਰਦਾ, ਨਾ ਤੈਨੂੰ ਸ਼ਰਮ ਨਹੀਂ ਆਉਂਦੀ? ਵੱਡਿਆਂ ਅੱਗੇ ਕਿੱਦਾਂ ਜਵਾਨ ਚਲਾਈਦੀ ਹੁੰਦੀ ਹੈ? ਤੇਰੀ ਸੱਸ ਹੈ ਇਹ। ਨਾਲੇ ਭੈਣ ਜੀ, ਤੁਸੀਂ ਤਾਂ ਸਿਆਣੇ ਬੈਣੇ ਹੋ ਨਾ, ਆਦਮੀ ਤੀਮੀ 'ਚ 100 ਲੜਾਈ ਝਗੜੇ ਹੁੰਦੇ ਰਹਿੰਦੇ ਨੇ, ਤੁਸੀਂ ਐਵੇਂ ਵਾਧਾ ਵਧਾਈ ਜਾਂਦੇ ਹੋ। ਲੈ ਹਲੇ ਕਹਿੰਦੀ ਵਾਧਾ ਨਾ ਵਧਾਓ, ਮੇਰੀ ਧੀ ਦਾ ਕੁੱਟ ਕੇ ਨਾ ਨਾਸ ਮਾਰਤਾ। ਜੇ ਮੇਰੇ ਪੁੱਤ ਹਰੀ ਨੂੰ ਪਤਾ ਲੱਗ ਗਿਆ ਨਾ, ਡੱਕਰੇ ਕਰ ਦੂ ਡੱਕਰੇ। ਬਹੁਤੀ ਬਕਵਾਸ ਨਾ ਮਾਰ ਮਾਈ, ਤੂੰ ਬਹੁਤਾ ਨਾ ਬੋਲਿਆ ਕਰ, ਚੁੱਪ ਨਹੀਂ ਕਰਦਾ। ਚੱਲ ਕੁੜੀਏ, ਇੱਥੇ ਨਹੀਂ ਰਹਿਣਾ ਨਾ ਕੰਜਰਾਂ ਦੇ, ਚੱਲ ਲੈ ਜਾ ਇਹਨੂੰ। ਉਹ ਵੀ 10 ਵਜੇ ਤੱਕ ਉੱਠਦੀ ਨਹੀਂ ਹੈਗੀ, ਰੋਟੀ ਮੇਰੀ ਮਾਂ ਬਣਾ ਕੇ ਦਿੰਦੀ ਆ। ਉਹ ਲੈ ਜਾ, ਲੈ ਜਾ ਇਹਨੂੰ, ਉਹ ਲੈ ਜਾ, ਲੈ ਜਾ ਇਹਨੂੰ। ਉਹ ਤੂੰ ਚੱਲ ਲੈ ਜਾ ਇਹਨੂੰ, ਉਹ ਤੂੰ ਚੱਲ, ਬਕਵਾਸ ਮਾਰਦਾ। ਉਹ ਦੇਖ ਲੈ ਚਲੀ ਗਈ, ਚੁੱਪ ਨਹੀਂ ਕਰ ਸਕਦਾ ਤੂੰ। ਉਹ ਜਾਵੇ ਫਿਰ। ਆਏ ਉਦਾਸ ਜੀ ਬੈਠੀ ਆ, ਕੀ ਗੱਲ ਹੋ ਗਈ? ਬੇਬੇ ਦਾ ਫੋਨ ਆਇਆ ਸੀ, ਬਾਪੂ ਬਿਮਾਰ ਹੈ, ਤੁਸੀਂ ਬੇਬੇ ਨੂੰ ਪੁੱਛ ਲਓ ਨਾ, ਮੈਂ 10-15 ਦਿਨ ਪੇਕੇ ਲਾਵਾਂ। ਹੈ ਕਮਲੀ, ਇਹ ਤੂੰ ਪੁੱਛਣ ਵਾਲੀ ਕਿਹੜੀ ਗੱਲ ਆ? ਤੂੰ ਲਾਇਆ? ਹਾਂ ਤੂੰ ਲਾਇਆ। ਨਹੀਂ ਧੀਰੋ, ਨਾ ਤੂੰ ਇੱਥੇ ਮਹਾਰਾਣੀ ਬਣੀ ਬੈਠੀ ਹੈ, ਜਾ ਕਰਮੋ ਜੋਗਾ ਕੜਾਹ ਬਣਾ ਕੇ ਲਿਆ, ਨਾਲੇ ਭੋਰਾ ਮਾਏ ਖਾ ਲੂੰ, ਕਮਜ਼ੋਰੀ ਹੋਈ ਪਈ ਹੈ। ਬੇਬੇ, ਧੀਰੋ ਦੀ ਬੀਬੀ ਦਾ ਫੋਨ ਆਇਆ ਸੀ, ਇਹਦਾ ਬਾਪੂ ਬਾਲਾ ਬਿਮਾਰ ਆ, ਇਹ 10-15 ਦਿਨ ਪੇਕੇ ਲਾਇਆ ਵੇ। ਲੈ ਘਰ ਨੂੰ ਲਾ ਦੋ ਜਿੰਦੇ, ਤੇ ਲੈ ਜਾਓ ਇਹਨੂੰ। ਮੈਥੋਂ ਕੱਲੀ ਤੋਂ ਕੰਮ ਨਹੀਂ ਹੁੰਦਾ ਘਰ ਦਾ, ਤੇ ਕਰਮੋ ਤੋਂ ਮੁੰਡਾ ਨਹੀਂ ਸਾਂਭਦਾ, ਇਹ ਤਾਂ 3 ਦਿਨ ਇੱਥੇ ਬਹਿ ਜਾਂਦੀ ਹੈ ਮੂੰਹ ਸਜਾ ਕੇ। ਆਏ ਕਰ, ਜਾਂ ਲੈ ਜਾ ਇਹਨੂੰ, 5 ਮਿੰਟ ਮਿਲਾ ਕੇ ਵਾਪਸ ਲੈ ਆ। ਜੈ ਵੱਡੀ ਦੀ 3 ਦਿਨ ਉੱਧ ਮੂਲ ਚੱਕ ਲੈਂਦੀ ਹੈ ਪੇਕਿਆਂ ਦਾ, ਰੋਜ਼ ਦਾ ਡਰਾਮਾ। ਧੀਰੋ, ਤੈਨੂੰ ਪਤਾ ਹੀ ਆ ਬੇਬੇ ਦੇ ਸੁਭਾਅ ਦਾ, ਤੂੰ ਐਵੇਂ ਦਿਲ ਨਾ ਹੌਲਾ ਕਰ, ਮੈਂ ਤੈਨੂੰ ਲੈ ਜਾਊਂਗਾ, ਮੈਂ ਮਿਲਾ ਲਿਆ ਤੈਨੂੰ ਜਾ ਕੇ। ਚੱਲ ਫਿਰ ਹੁਣ ਹੱਸ ਕੇ ਤਾਂ ਦਿਖਾ ਦੇ, ਇੱਕ ਵਾਰੀ ਤਾਂ ਹੱਸਲਾ ਹੱਸਲਾ ਹੱਸਲਾ, ਮੈਂ ਤੈਨੂੰ ਮਿਲਾ ਕੇ ਲਿਆਉਂਗਾ, ਠੀਕ ਹੈ? ਉਹ ਭਾਈ, 1 ਸਾਲ ਹੋ ਗਿਆ ਕੁੜੀ ਨੂੰ ਘਰ ਬਿਠਾ ਕੇ ਰੱਖਿਆ ਹੋਇਆ, ਹੋਰ ਕਿੰਨਾ ਚਿਰ ਬਿਠਾਓਗੇ? ਸਿਆਣੀ ਬਣ ਚਰਨੋ, ਸਿਆਣੀ ਬਣ। ਦੋ ਰੋਟੀਆਂ ਤਾਂ ਨਹੀਂ ਗਈ ਮੇਰੀ ਧੀ, ਆ ਬੈਠਾ ਪੁੱਛੇ ਨੂੰ,
ਕਦੇ ਭਾਈਆਂ ਪਿੱਟੀ ਤੋਂ ਬਿਨਾਂ ਨਹੀਂ ਬੋਲੀ ਇਹਦੀ ਮਾਂ ਮੇਰੀ ਧੀ ਨੂੰ। ਨਾ ਇਹ ਘੱਟ ਗਜਾਰਦੀ ਆ, ਮੇਰੀ ਮਾਂ ਨੂੰ ਧੱਕਾ ਦੇ ਕੇ ਸੜਤਾ ਸੀ ਇਹਨੇ। ਨਾ ਤੂੰ ਆਪਦੀਆਂ ਵੀ ਦੱਸ, ਆਪਦੀ ਮਾਂ ਦੀਆਂ ਵੀ ਦੱਸ। ਰੋਜ਼ ਤੂੰ ਤਾਂ ਨੌਕਰੀ ਚਲਾ ਜਾਂਦਾ, ਤੈਨੂੰ ਕੀ ਪਤਾ ਮਗਰੋਂ ਮੈਂ ਕਿਵੇਂ ਕੱਢਦੀ ਆ ਬੈਤਲਾ ਨਾਲ। ਦੇਖ ਕਮੈਲੋ ਤਰੋ ਚੱਲਦੀ ਆ, ਬਸ ਆਹੀ ਕੁਛ ਸਿਖਾ ਕੇ ਤੋਰੀ ਆ ਤੁਸੀਂ। ਕੁੜੀਏ ਤੈ ਨਹੀਂ ਬੋਲਣਾ। ਦੇਖ ਕਾਕਾ, ਜੇ ਮੇਰੀ ਧੀ ਲੈ ਕੇ ਜਾਣੀ ਆ ਪਹਿਲਾਂ ਅੱਡ ਹੋ। ਮੈਂ ਕਿਉਂ ਅੱਡ ਹੋਵਾਂ, ਉਹਨਾਂ ਦਾ ਕੋਈ ਕਸੂਰ ਹੀ ਨਹੀਂ ਹੈਗਾ, ਸਾਰਾ ਕਸੂਰ ਤਾਂ ਇਹਦਾ। ਸਾਰੀ ਦਿਹਾੜੀ ਬੈਠੀ ਰਹਿੰਦੀ ਆ, ਕੰਮ ਦਾ ਟੱਕਾ ਨਹੀਂ ਤੋੜਦੀ। ਸਾਰੇ ਘਰ ਦਾ ਕੰਮ ਧੰਦਾ ਮੈਂ ਹੀ ਕਰਦੀ ਆਂ। ਚੁੱਪ ਕਰ ਕੁੜੀਏ, ਤੂੰ ਕਾਕਾ ਅੱਡ ਹੋ ਜਾ, ਰੌਲੇ ਹੀ ਖਤਮ ਹੋ ਜਾਊਗਾ। ਐਂ ਕਿਵੇਂ ਅੱਡ ਹੋ ਜਾ ਜੀ, ਮੈਂ ਨਹੀਂ ਅੱਡ ਹੁੰਦਾ, ਤੇ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਹੈਗਾ। ਸਾਡੇ ਦਾਦੇ ਪੜਦਾਦਿਆਂ ਨੇ ਕਦੇ ਵੀ ਪੰਚਾਇਤਾਂ ਨਹੀਂ ਸੀ ਦੇਖੀਆਂ, ਆਹ ਦਿਨ ਵੀ ਦਿਖਾਤੇ ਇਹਨਾਂ ਨੇ। ਜੇ ਮੇਰੀ ਧੀ ਨੂੰ ਲੈ ਕੇ ਜਾਣਾ ਨਾ ਪਹਿਲਾਂ ਅੱਡ ਹੋ, ਨਹੀਂ ਤਾਂ ਫਿਰ ਕਚਹਿਰੀਆਂ 'ਚ ਮਿਲਾਂਗੇ। ਬਸ ਆਹੀ ਕਸਰ ਰਹਿ ਗਈ ਸੀ, ਚੱਲ ਕੋਈ ਨਾ ਮਾਈ, ਹੁਣ ਫਿਰ ਕਚਹਿਰੀਆਂ 'ਚ ਹੀ ਮਿਲਾਂਗੇ। ਆ ਜਾਓ ਜੀ ਚਲੀਏ। ਭੈਣੇ ਤੂੰ ਕਿਉਂ ਕੱਪੜੇ ਧੋ ਰਹੀ ਹੈ, ਲਿਆ ਛੱਡ ਮੈਂ ਧੋਦਾ। ਬਸ ਕਰ, ਆਪੀ ਧੋ ਲੂੰਗੀ, ਤੂੰ ਕਿਹੜਾ ਨਖੇਰਨੇ ਹੈ। ਮੈਨੂੰ ਸੌਂ ਲੱਗੇ ਮੇਰੇ ਭਾਈਆਂ ਦੀ, ਜੇ ਮੈਂ ਕਦੇ ਇੱਦਾਂ ਕੀਤਾ ਹੋਵੇ। ਨਾਲੇ ਤਾਂ ਰੋਜ਼ ਸਿਆਪਾ ਮੈਂ ਕਰਦੀਆਂ, ਉੱਤੋਂ 100 ਗੱਲਾਂ ਸੁਣਦੀਆਂ, ਦਿਹਾੜੀ 'ਚ 10 ਵਾਰ ਚਾਹ ਮੈਂ ਬਣਾਉਂਦੀਆਂ, ਮੁੰਡਾ ਮੈਂ ਸਾਂਭਦੀਆਂ, ਤਾਂ ਵੀ ਨਗੋਚਾ ਕੱਢਦੀ ਹੈ। ਹਰ ਰੋਜ਼ ਸਿਆਪਾ ਮੈਂ ਕਰਦੀਆਂ, ਮਾਰਦੀ ਗੱਲਾਂ। ਸਿਆਪਾ ਕਰ ਆਪਣੇ ਅਗਲਿਆਂ ਦਾ, ਨਾਲੇ ਕਰ ਪਿਛਲਿਆਂ ਦਾ, ਜਿਨ੍ਹਾਂ ਨੇ ਇਹੋ ਜਿਹੀ ਬਲਾ ਸਾਡੇ ਗੱਲ ਮੜਤੀ। ਭਾਈਆਂ ਪਿੱਟੀ ਨੇ ਮੇਰੀ ਧੀ ਦੇ ਦੰਦਾਂ ਧਰਿਆ ਵਾ। ਮਾਈ ਭਾਈਆਂ ਦੀ ਗੱਲ ਨਾ ਕੱਢੀ। ਹੁਣ ਕੀ ਹੋ ਗਿਆ ਬੇਬੇ? ਵੇ ਹੋਣਾ ਕੀ ਹੈ, ਜੋ ਰੋਜ਼ ਕਰਦੀ ਹੈ ਭੇਡ, ਮੇਰੀ ਧੀ ਦੇ ਮਗਰ ਪਈ ਹੋਈ ਆ ਇਹ। ਹਟ ਤੇਰੀ ਭੈਣ ਦੀ, ਤੰਗ ਆ ਗਿਆ ਮੈਂ ਤੇਰੇ ਕੁੱਤਕਲੇ ਤੋਂ। ਮੈਂ ਕੁਛ ਨਹੀਂ ਕੀਤਾ, ਮੇਰੀ ਗੱਲ ਸੁਣ। ਸਾਲਾ ਰੋਜ਼ ਦਾ ਕੰਮ ਹੋ ਗਿਆ, ਛੱਡ ਦੇ ਇਹਨੂੰ, ਛੱਡ ਦੇ ਇਹਨੂੰ, ਇੱਕ ਦਿਨ ਦੀ ਗੱਲ ਹੋਵੇ ਤਾਂ ਵੀ ਆ, ਛੱਡ ਦੇ ਮੈਨੂੰ। ਖੁਸ਼ ਹੈ ਹਲਾਂਬੜੇ ਹੁਣ ਘਰ 'ਚ ਕਲੇਸ਼ ਖੜਾ ਕਰਕੇ? ਤੂੰ ਖੁਸ਼ ਹੈ ਹੁਣ, ਸਾਰਾ ਘਰ ਤਾਂ ਕਚਹਿਰੀਆਂ 'ਚ ਕਵਾ ਰੱਖਿਆ, ਤੜਕੇ ਹੀ ਨਿਕਲ ਜਾਂਦੀ ਹੈ ਕੁੜੀ ਨੂੰ ਨਾਲ ਲੈ ਕੇ ਕਚਹਿਰੀਆਂ 'ਚ ਇੱਜ਼ਤ ਰੋਲਣ ਵਾਸਤੇ। ਮਾਰਦੀ ਬਕਵਾਸ, ਮੈਂ ਤਾਂ ਪਾੜ ਦੂੰ, ਮੈਂ ਤਾਂ ਸਾਰਾ ਘਰ ਖਵਾਉਂ। ਮੇਰਾ ਘਰ ਹੈ, ਤੂੰ ਪੇਕਿਆਂ ਤੋਂ ਲੈ ਕੇ ਆਈ ਸੀ, ਟੇਕੀ ਕਰਦੀ। ਛੇਤੀ ਸਹਿਣ ਕਰਾ ਲਾ ਭਾਈ, ਸਾਡੀ 5 ਵਾਲੀ ਬੱਸ ਨਿਕਲ ਜੂ। ਆ ਲੈ ਪੈ ਕੁੜੀਏ, ਸਹਿਣ ਕਰ। ਚੱਲ ਕਰਮਜੀਤ, ਕਰਦੇ ਸਹਿਣ ਹੁਣ। ਲੈ ਫੜ ਭਾਈ। ਚੱਲ ਕਰਮਜੀਤ, ਕਰਦੇ ਸਹਿਣ ਹੁਣ ਪੁੱਤ, ਬੱਸ ਦਾ ਟਾਈਮ ਨਾ ਆਏਗੀ। ਇੱਥੇ ਕਰ ਦੇ। ਸ਼ਾਬਾਸ਼, ਠੰਡ ਪੈ ਗਈ ਕਾਲਜ ਮੇਰੇ। ਲੈ ਭਾਈ, ਅਗਲੀ ਪੇਸ਼ੀ ਤੇ ਭਾਈ ਤਲਾਕ ਪੱਕਾ। ਐਦਾਂ ਕਰੋ, ਪੈਸੇ ਮੁਨਸੀ ਨੂੰ ਜਮ੍ਹਾਂ ਕਰਵਾ ਦਿਓ, ਜਾਂ ਵੀ ਨਾਲ ਲੈ ਜਾ। ਜਾਓ 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 ਜਾਓ। ਉੱਠ ਮੇਰਾ ਪੁੱਤ, ਚੱਲ ਸ਼ਾਬਾਸ਼, ਹੌਲੀ ਹੌਲੀ। ਹੈਲੋ ਵਕੀਲ ਸਾਹਿਬ, ਚਾਹੇ ਮੇਰਾ ਸਾਰਾ ਘਰ ਲੱਗ ਜੇ, ਨਾ ਮੁੰਡਾ ਨਹੀਂ ਮੈਂ ਦਿੰਦੀ ਉਹਨਾਂ ਨੂੰ, ਆਪੇ ਸਾਂਭਲੂੰਗੀ ਮੈਂ ਮੁੰਡੇ ਨੂੰ, ਕੁੜੀ ਨੂੰ ਤਾਂ ਮੈਂ ਆਥਣ ਨੂੰ ਵਿਆਹ ਦੂੰਗੀ। ਨਾਲੇ ਹੋਰ ਸੁਣ, ਇਸੇ ਪੇਸ਼ੀ 'ਤੇ ਫੈਸਲਾ ਹੋ ਜਾਣਾ ਚਾਹੀਦਾ। ਬੇਬੇ 8 ਸਾਲ ਹੋ ਗਏ ਨੇ, ਆ ਕੋਰਟ ਕਚਹਿਰੀਆਂ ਤਾਂ ਬੰਦੇ ਨੂੰ ਬਰਬਾਦ ਕਰ ਦਿੰਦੀਆਂ ਨੇ। ਨਾਲੇ ਮੇਰੀ ਗੱਲ ਸੁਣ, ਮੈਂ ਵੀ ਅੱਡ ਹੋਣਾ, ਆ ਸਾਲਾ ਰੋਜ਼ ਰੋਜ਼ ਦੇ ਕਲੇਸ਼ ਤੋਂ ਖੇੜਾ ਛੁੱਟੂ। ਨਾ ਹੋ ਜਾ ਅੱਡ, ਹੋ ਜਾਊਗਾ, ਮੈਂ ਕੁੜੀ ਦਾ ਹਿੱਸਾ ਰੱਖੂੰਗੀ ਨਾਲੇ ਆਪਦਾ। ਆਪਣੇ ਦੋਤੇ ਦਾ ਵੀ ਰੱਖ ਲਈ, ਆ ਕੁੜੀ ਦਾ ਘਰ ਤਾਂ ਤੂੰ ਵਸਣ ਨਹੀਂ ਦਿੱਤਾ, ਹੁਣ ਮੇਰਾ ਵੀ ਉਜਾੜ ਦੇ। ਮੇਰਾ ਬਾਪੂ ਮੇਰੇ ਨਾਲ ਆ, ਉਹ ਵੀ ਆਪਣਾ ਹਿੱਸਾ ਲਓ। ਨਾ ਲੈ ਲਓ ਜਿਹਨੇ ਜਿਹਨੇ ਹਿੱਸਾ ਲੈਣਾ, ਬਾਪੂ ਨੂੰ ਵੀ ਚਾਹੀਦਾ, ਤੈਨੂੰ ਵੀ ਚਾਹੀਦਾ, ਤੇਰੀ ਘਰ ਵਾਲੀ ਨੂੰ ਵੀ ਚਾਹੀਦਾ ਹੋਣਾ।
ਮੇਰੀ ਧੀ ਦੇ ਪਿੱਛੇ ਪੈ ਗਏ। ਮੇਰੀ ਧੀ ਨੇ ਤੁਹਾਡਾ ਕੀ ਵਿਗਾੜਿਆ ਬਈ? ਨਾ ਕੀ ਖਾਂਦੀ ਆ ਤੁਹਾਡਾ? ਜਦ ਤੱਕ ਚਰਨ ਉਹਦੀ ਜਾਨ 'ਚ ਜਾਨ ਹੈ। ਹਾਂ ਰਿਸ਼ਤੇ ਬਚ ਸਕਦੇ ਨੇ ਫਿਰ ਝੁਕਣਾ ਕੋਈ ਮਾੜੀ ਗੱਲ ਨੀ। ਰਿਸ਼ਤੇ ਤੋੜਨੇ ਸੌਖੇ ਨੇ ਪਰ ਟੁੱਟਣ ਮਗਰੋਂ ਜਿਉਣਾ ਬਹੁਤ ਔਖਾ। ਮੈਂ 8 ਸਾਲ ਕਿਵੇਂ ਕੱਟੇ ਨੇ ਇਹ ਸਿਰਫ ਮੈਂ ਜਾਣਦੀ ਹਾਂ। ਮੈਂ ਜਾ ਰਹੀ ਹਾਂ ਆਪਣੇ ਘਰ ਸਦਾ ਵਾਸਤੇ।